च पैदा नहीं की गई प्रोपेगेंडा लैंग्वेज आही प्रोपेगेंडा हों एक मौका केजरीवाल चक के झाड़ू जो साडे मगर फिरते हैं भी यार असि झाड़ू चकने वाली कौम आई कौम गुरु साहब साज गए तुसी रोज बदावा दिने हो ते गुरु नूं रोज बेमुख हुंदे हो परिवार दे विच कौन कौन ने उन्हां दे उन्हां दी मम्मी है पिछे दो ब्रदर ने मिसेज बच्चे ने उन्हां दी अपनी मिसेज है बिटिया है उन्हां दी 12 साल दी अज मैनू ही कही जाते हैं यार ये पिछे कोई होगा ये तो नहीं बोल सकता मैं क्यों बोल नहीं जाता पिछे ही कोई होगा पिछे किते की हुंदा सच ते गुरु साहब तो वड्डा पिछा होर की ना हुंदा दसो असीं भरोसा करना चाहते हैं बंदा सच्चा भी हो सकता कोई ये तो सानू लगता ही नहीं कोई ना कोई आपका मकसद या मंतव रख के चलिया होगा भरोसा ही नहीं सच्चे बंदे ही नहीं सानू लगता भी वो तो सिर चले परमात्मा ने घर नहीं बंद कर दिया सो पहली गल सरकार कॉन्सपिरेसी थ्यूरी थ्यूरीज उन्होंने समझना हूं साड़ी वापस होंद से आ होंद की लड़ाई क्या है कानून करते हैं जे कली आर्थिकता की गल होंगी ना उत्थे किसान जथेबंदियां हुण देखो उन्होंने समझ की गल करते हैं किसान जथेबंदियां उत्थे कह रही हैं एक आगू कह रहे हैं भी पंजाब ते बहुत वड्डा इकनोमिक ब्लॉकेड है आर्थिक बहुत वड्डी मार आ पंजाब जे आर्थिकता की गल होंगी तो फिर बड़ी लुट कसुट होगी साड़ी साडे वाले लुट कसुट करी गए बड़िया इतने किडे हजार करोड़ा उन्होंने घपले कर लिया ਕਿੱਥੋਂ ਚੱਲੇ ਸੀ ਕਿੱਥੇ ਬੈਠੇ ਆ ਸਾਡੇ ਪੋਲੀਟੀਸ਼ੀਅਨਸ ਦੇਖ ਲਓ ਸਾਡੇ ਉਹ ਮਾੜਾ ਮੋਟਾ ਕੋਈ ਚੇਅਰਮੈਨ ਬਣ ਜੇ ਮਾੜਾ ਮੋਟਾ ਕੋਈ ਕੋਈ ਨਗਰ ਪਾਲਿਕਾ ਦਾ ਪ੍ਰਧਾਨ ਬਣ ਜੇ ਵੱਟ ਕੱਢ ਦਿੰਦਾ ਤੇ ਪਰ ਫਿਰ ਅਸੀਂ ਨਹੀਂ ਹਿਰਦੇ ਸੀ ਜਾਂ ਮੈਂ ਵੀ ਨਹੀਂ ਆਉਂਦਾ ਸੀ ਛੱਡ ਕੇ ਆਪਦਾ ਕੰਮ ਕਾਰ ਛੱਡ ਕੇ ਮੈਂ ਨਹੀਂ ਆਉਂਦਾ ਸੀ ਪਰ ਗੱਲ ਕਿੱਥੇ ਹੈ ਸੱਤ ਕਿੱਥੇ ਬਚੇ ਉਹਨਾਂ ਨੇ ਜਿਹੜੇ ਕਾਨੂੰਨ ਬਣਾਏ ਆ ਪੰਜਾਬ ਨੂੰ ਇੱਕ ਮੰਡੀ ਦੀ ਤਰ੍ਹਾਂ ਦੇਖ ਕੇ ਵੀ ਅਦਾਨੀ ਤੇ ਅੰਬਾਨੀ ਨੂੰ ਭਾਲਿਆ ਹੋਵੇ ਵੀ ਪੰਜਾਬ ਤੁਹਾਨੂੰ ਵੇਚਦਾ ਹੁਣ ਜਾਓ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਵੇਂ ਤੁਸੀਂ ਜਾ ਕੇ ਕਰਨਾ ਹੋਵੇ ਕਰ ਲਓ ਜਿਹੜੀ ਫਸਲ ਬੀਜਣੀ ਆ ਬਿਜਾਉਣੀ ਆ ਜਿਹੜੀ ਫਸਲ ਵਢਾਉਣੀ ਆ ਜਿਹੜੀ ਖਰੀਦਣੀ ਆ ਜੋ ਕਰਨਾ ਕਰ ਲਓ ਜ਼ਮੀਨ ਵੀ ਆਪਦੇ ਕਿਉਂਕਿ ਜਿਹੜੇ ਕਾਰਪੋਰੇਟਸ ਆ ਨਾ ਕੰਪਨੀਆਂ ਉਹਨਾਂ ਨੇ ਤਾਂ ਪ੍ਰੋਫਿਟ ਤੇ ਕੰਮ ਕਰਨਾ ਉਹਨਾਂ ਨੇ ਟਾਰਗੇਟਸ ਤੇ ਕੰਮ ਕਰਨਾ ਉੱਥੇ ਇਮੋਸ਼ਨ ਨਹੀਂ ਹੁੰਦੇ ਆ ਦੋ ਕੁ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਕਰ ਰਿਹਾ ਸੀ ਖੇਤ 'ਚ ਬਹਿ ਗਏ ਮੈਂ ਵੱਟ ਤੇ ਬਹਿ ਗਿਆ ਟਹਿਣਾ ਸਾਹਿਬ ਸੀ ਉਹ ਮੰਜੇ ਤੇ ਬਹਿ ਗਏ ਉਹਨਾਂ ਦੇ ਨਾਲ ਇੱਕ ਭੈਣ ਹੋਰ ਸੀ ਤੇ ਇੱਕ ਬਾਬਾ ਸੀ ਉੱਥੇ ਉਹ ਕਹਿੰਦਾ ਪੁੱਤ ਚਾਹ ਪਾਣੀ ਮੈਂ ਕਿਹਾ ਜੀ ਦੋ ਰੋਟੀਆਂ ਵੀ ਫੜ ਲਿਆ ਉਹ ਘਰੋਂ ਹੁਣ ਉਹ ਬਾਬਾ ਜੀ ਗਏ ਚਾਹ ਡੋਲੂ ਚ ਭਰਾ ਕੇ ਲੈ ਆਏ ਨਾਲ ਰੋਟੀਆਂ ਮੱਖਣ ਅੰਬ ਦਾ ਚਾਰ ਚਟਣੀ ਪਰੌਂਠੇ ਬਣਾ ਕੇ ਲੈ ਆਏ ਹੁਣ ਇਹ ਸਾਡਾ ਸੱਭਿਆਚਾਰ ਹੈ ਜਦੋਂ ਕਿਸੇ ਕੰਪਨੀ ਨੇ ਆ ਕੇ ਤੁਹਾਡੇ ਤੇ ਇੱਥੇ ਕੰਮ ਕਰਨਾ ਕੰਪਨੀ ਨੇ ਉਸ ਤੁਸੀਂ ਦੇਖੋ ਹੈਲਥ ਇੰਡਸਟਰੀ ਦੇਖ ਲਓ ਅੱਜ ਹਸਪਤਾਲ ਅੱਜ ਇਲਾਜ ਸਾਡੇ ਕਿਸੇ ਅਸੀਂ ਕਰਾ ਸਕਦੇ ਹਾਂ ਸਾਡੇ ਕੋਲ ਅਫੋਰਡੇਬਲ ਰਹਿ ਗਿਆ ਅਸੀਂ ਉੱਥੋਂ ਤੱਕ ਮੈਨੂੰ ਲੱਗਦਾ ਪਹੁੰਚ ਨਹੀਂ ਕਰ ਸਕਦੇ ਜੇ ਰੱਬ ਨਾ ਕਰੇ ਕਿਸੇ ਨੂੰ ਕੋਈ ਇਹੋ ਜਿਹੀ ਬਿਮਾਰੀ ਲੱਗ ਜਾਵੇ ਘਰ ਬਾਹਰ ਵਿਕਣ ਤਾਂ ਹੀ ਆ ਜਾਂਦਾ ਐਜੂਕੇਸ਼ਨ ਤੁਸੀਂ ਦੇਖੋ ਸਾਡੀ ਰਵਾਇਤੀ ਐਜੂਕੇਸ਼ਨ ਸੀ ਸਾਡੀਆਂ ਟਕਸਾਲਾਂ ਸੰਪਰਦਾਵਾਂ ਜਿੱਥੇ ਸਮਰਪਣ ਕਰੋ ਤੇ ਤੁਹਾਨੂੰ ਉੱਚ ਵਿਦਿਆ ਮਿਲਦੀ ਸੀ ਅੱਜ ਜੇ ਤੁਸੀਂ ਜ਼ਿਆਦਾ ਫੀਸ ਦਿੰਦੇ ਹੋ ਤਾਂ ਉੱਚ ਵਿਦਿਆ ਮਿਲਦੀ ਹੈ ਇਹ ਕਾਰਪੋਰੇਟਸ ਦਾ ਕਮਾਲ ਜਿੱਡੀ ਵੱਡੀ ਫੀਸ ਹੋਣੀ ਉੱਚੀ ਵਿਦਿਆ ਅੱਜ ਤੁਸੀਂ ਕਿਸੇ ਕਾਲਜ ਯੂਨੀਵਰਸਿਟੀ ਚ ਜਾਣਾ ਆਕਸਫੋਰਡ ਚ ਜਾਣਾ ਤੁਹਾਨੂੰ ਲੱਗਦਾ ਬਿਨਾਂ ਤੁਸੀਂ ਜੇ ਲਾਇਕ ਹੋ ਉੱਥੇ ਪਹੁੰਚ ਸਕਦੇ ਹੋ ਲਾਇਕ ਹੋਣ ਨਾਲ ਤੇ ਵਿਦਿਆ ਦਾ ਸੰਬੰਧ ਨਾਲ ਇੱਥੇ ਕੋਈ ਆਪਸ ਚ ਰਿਲੇਸ਼ਨ ਨਹੀਂ ਹੈ ਜਿਹਦੇ ਕੋਲ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਇਹ ਇੱਥੋਂ ਹੀ ਬਣਿਆ ਇਹ ਮਾਡਰਨ ਐਜੂਕੇਸ਼ਨ ਚੋਂ ਅਖਾਣਾ ਬਣਿਆ ਸੋ ਐਜੂਕੇਸ਼ਨ ਸਿੱਖਿਆ ਦਾ ਇਹੀ ਹਾਲ ਹੋਇਆ ਉਦੋਂ ਬਾਅਦ ਤੁਸੀਂ ਦੇਖ ਲਓ ਕਿਸੇ ਇੰਡਸਟਰੀ ਚ ਫਿਲਮ ਇੰਡਸਟਰੀ ਚ ਕਾਰਪੋਰੇਟ ਵੱਲ ਗਏ ਮੈਂ ਉੱਥੋਂ ਦਾ ਬਸ਼ਿੰਦਾ ਉੱਥੇ ਕੰਮ ਕਰਨਾ ਕਿਰਤਾ ਮੇਰੀ ਅੱਜ ਵੱਡੇ ਵੱਡੇ ਐਕਟਰ ਵੀ ਕੰਪਨੀਆਂ ਦੇ ਗੁਲਾਮ ਆ ਸੋ ਅਸੀਂ ਕਿਹੜੀ ਖੇਤ ਦੀ ਮੂਲੀ ਆ ਫਿਰ ਕਿਸਾਨ ਸਾਡੇ ਕੋਲ ਕਿੰਨੀ ਕਿੰਨੀ ਵੱਡੀ ਪਾਵਰ ਆ ਕਿ ਸਾਡੇ ਤੇ ਆ ਕੇ ਕੰਪਨੀਆਂ ਸਾਡੀਆਂ ਜ਼ਮੀਨਾਂ ਤੇ ਗੱਲਬਾਣੀ ਪਾਉਣਗੀਆਂ ਜਿਹੜਾ ਪ੍ਰਵਾਸ ਪੰਜਾਬ ਚ ਹੋਇਆ ਨਾ ITS ਕਰਕੇ ਤੁਰ ਜਾਂਦੇ ਆ ਬਾਹਰ ਇਹ ਬਹੁਤ ਵੱਧ ਜਾਣਾ ਹੁਣ ਇਦੂ ਬਾਅਦ ਅਗਲੇ ਕਹਿੰਦਾ ਯਾਰ ਇੱਥੇ ਹੈ ਹੀ ਕੁਛ ਨਹੀਂ ਫਿਰ ਸਾਡੀ ਧਰਤੀ ਸਾਡੇ ਤੋਂ ਖੁਰ ਜਾਣੀ ਹੈ ਜਦੋਂ ਧਰਤੀ ਖੁਰਦੀ ਹੈ ਨਾਲ ਹੀ ਸੱਭਿਆਚਾਰ ਖੁਰਦਾ
ਨਾ ਮੇਰੀ ਪੀਰ ਦਾ ਸਿਧਾਂਤ ਵੀ ਖੁਰਦਾ ਜਿੱਥੇ ਆਪਾਂ ਬੈਠੇ ਹਾਂ ਅੱਜ। ਫਿਰ ਕਹਿਣ ਜੋਗੇ ਹੀ ਰਹਿ ਜਾਂਗੇ ਜਾਂ ਕਿਤਾਬਾਂ 'ਚ ਲੱਭ ਲਿਓ ਵੀ ਅਸੀਂ ਪੰਜਾਬੀ ਸੀ ਜਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ, ਸਾਡੇ ਗੁਰੂ ਸਾਹਿਬ ਆ, ਇਹ ਤਾਂ ਕਹਿਣ ਜੋਗੇ ਰਹਿ ਗਏ। ਜਾਂ ਕਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਕੇ ਗੁਰਦੁਆਰੇ ਬਣਾ ਲਵਾਂਗੇ ਅਤੇ ਉੱਥੇ ਫਿਰ ਪ੍ਰਧਾਨਗੀਆਂ ਲਈ ਲੜੀ ਜਾਵਾਂਗੇ। ਆਪਦੀ ਹੋਂਦ ਜਦੋਂ ਤੁਸੀਂ ਆਪਦੀ ਧਰਤੀ ਤੋਂ ਖੁਰ ਗਏ ਫਿਰ ਪੱਲੇ ਕੁਛ ਨਹੀਂ ਰਹਿੰਦਾ। ਉਹਨਾਂ ਦੀ ਇੱਜ਼ਤ ਵੀ ਅੱਜ ਤਾਂ ਹੀ ਆ, ਉਹ ਬੈਠੇ ਉੱਥੇ ਤਾਂ ਹੀ ਤੜਪਦੇ ਜੇ ਪਿੱਛੇ ਉਹਨਾਂ ਦੇ ਪੰਜਾਬ ਖੜਾ ਤਾ। ਤੁਸੀਂ ਉਹਨਾਂ ਚ ਦਰਦ ਨੂੰ ਸੋਚ ਸਕਦੇ। ਮੇਰੇ ਨਾਲ ਤਾਂ ਬਹੁਤ ਬੰਦੇ ਬਾਹਰੋਂ ਟੱਚ ਆ ਹੁਣ, ਕਹਿੰਦੇ ਯਾਰ ਬਾਈ ਜੀ ਕਰ ਲਓ ਕੁਛ, ਜੇ ਸਾਡੇ ਹੱਥ ਵੱਸ ਹੁੰਦਾ ਅਸੀਂ ਆ ਜਾਂਦੇ। ਦੇਖੋ ਗਦਰੀ ਬਾਬੇ 7000 ਸੀ ਉਸ ਵੇਲੇ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਆ। ਅੱਜ ਇਹ ਲੜਾਈ ਉਹ ਤੋਂ ਵੱਡੀ ਆ, ਇਹ ਸੰਘਰਸ਼ ਉਹ ਤੋਂ ਵੱਡਾ। 7000 ਸੀ ਅਮਰੀਕਾ 'ਚ, 5000 ਬਾਬੇ ਆ ਗਏ ਸੀ, 5000 ਛੱਡ ਕੇ ਆ ਗਏ ਸੀ। ਸੋ ਇਹ ਸੀ ਜਿਹੜਾ ਦ੍ਰਿੜਤਾ ਦਾ ਨਿਸ਼ਚਾ, ਨਿਸ਼ਚੇ ਕਰ ਆਪਣੀ ਜੀਤ ਕਰੋ। ਜਿੱਤ ਤਾਂ ਉਸ ਨਿਸ਼ਚੇ 'ਚ ਪਈ ਆ। ਹੁਣ ਜੇ ਸਾਡੇ ਤੋਂ ਸਾਡੀ ਸੱਭਿਆਚਾਰ ਕੀ ਲੈ ਗਏ, ਸੱਭਿਆਚਾਰਕ ਹੋਂਦ ਲੈ ਗਏ, ਤਾਂ ਸਾਡੀ ਹੋਂਦ ਉਹਦੇ ਨਾਲ ਹੀ ਜੁੜੀ ਹੈ ਨਾ। ਸਾਡੀ ਪੰਜਾਬੀਅਤ ਤਾਂ ਉਹਦੇ ਨਾਲ ਹੀ ਜੁੜੀ ਹੈ ਨਾ। ਸਾਡੀ ਕੌਮ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੀ ਹੈ। ਸਾਡੇ ਧਰਤੀ ਖੁਰ ਗਈ, ਸਾਡੇ ਤਖ਼ਤ ਇੱਥੇ ਆ, ਸਾਡੇ ਗੁਰਦੁਆਰਾ ਸਾਹਿਬ ਇੱਥੇ ਆ, ਸਾਡਾ ਇਤਿਹਾਸ ਇੱਥੇ ਆ, ਸਭ ਕੁਛ ਖੁਰ ਜਾਣਾ। ਹੁਣ ਅਸੀਂ ਕਹਿੰਦੇ ਹਾਂ ਵੀ ਖੁਦਮੁਖਤਿਆਰੀ, ਖੁਦਮੁਖਤਿਆਰੀ ਇਕੱਲੇ ਅਸੀਂ ਇਹ ਨਹੀਂ ਕਹਿੰਦੇ ਪੰਜਾਬ ਨੂੰ ਦਿਓ, ਅਸੀਂ ਕਹਿੰਦੇ ਹਾਂ ਹਰ ਸਟੇਟ ਨੂੰ ਦਿਓ। ਜੇ ਪਾਵਰ ਨੂੰ ਇੰਨਾ ਸੈਂਟਰਲਾਈਜ਼ ਕਰੋਗੇ, ਮੋਦੀ ਤੇ ਅਮਿਤ ਸ਼ਾਹ ਦੇ ਹੱਥਾਂ 'ਚ ਹੀ ਰੱਖਣਗੇ, ਪਰਸਨਲਾਈਜ਼ ਕਰ ਲੈਣਗੇ ਪਾਵਰ ਨੂੰ, ਤਾਂ ਜਿਹਦੇ ਕੋਲ ਇੱਕ ਥਾਂ ਤੇ ਪਾਵਰ ਰਹਿੰਦੀ ਹੈ ਨਾ। ਦੇਖੋ ਸਿਸਟਮ ਅੱਜ ਆ ਡੈਮੋਕਰੇਸੀ ਬਣੀ ਕਿਉਂ, ਇਹ ਜਗੀਰਦਾਰੀ ਨੂੰ ਖਤਮ ਕਰਕੇ ਜਾਂ ਬਾਦਸ਼ਾਹੀ ਸਿਸਟਮ ਨੂੰ ਖਤਮ ਕਰਕੇ ਬਣੀ। ਵੀ ਪਾਵਰ ਯਾਰ ਵੰਡੀ ਜਾਵੇ, ਪਾਵਰ ਲੋਕਾਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ, ਗਲੀਆਂ 'ਚ, ਮੁਹੱਲਿਆਂ 'ਚ ਵੰਡੀ ਜਾਵੇ। ਉਦੋਂ ਤੱਕ ਇੱਕ ਸਾਰਤਾ ਵਾਲਾ ਵਿਕਾਸ ਜਾਂ ਸਾਰਥਿਕ ਸਮਾਜ ਨਹੀਂ ਸਿਰਜਿਆ ਜਾਣਾ। ਪਰ ਇਹ ਡੈਮੋਕਰੇਸੀ 'ਚ ਵੀ ਦੇਖ ਲਓ, ਅੱਜ ਪਾਵਰ ਉੱਥੇ ਦਿੱਲੀ ਕੋਲ ਹੀ ਆ, ਉੱਥੇ ਹੀ ਵਸਦੀ ਆ। ਦਿੱਲੀ 'ਚ ਵੀ ਇੱਕ ਦੋ ਬੰਦੇ ਹੀ ਹੁੰਦੇ ਆ, ਜੇ ਕਾਂਗਰਸ ਆ ਜਾਂਦੀ ਆ ਤਾਂ ਉਹਨਾਂ ਦੇ ਇੱਕ ਦੋ ਬੰਦੇ, ਜੇ ਬੀਜੇਪੀ ਆ ਜਾਂਦੀ ਆ ਤਾਂ ਇਹਨਾਂ ਦੇ ਇੱਕ ਦੋ ਬੰਦੇ। ਸੋ ਜੇ ਅਸੀਂ ਗੁਰਮੁਖਤਿਆਰੀ ਲਈ ਲੜਦੇ ਹਾਂ, ਜਦੋਂ ਤੱਕ ਇਹ ਪਾਵਰ ਸੂਬਿਆਂ ਨੂੰ ਨਹੀਂ ਦੇਣਗੇ, ਉਦੋਂ ਤੱਕ ਜੇ ਕਹੀਏ ਸਾਰਥਿਕ ਸਮਾਜ ਸਿਰਜਿਆ ਜਾਣਾ, ਨਹੀਂ ਸਿਰਜਿਆ ਜਾਣਾ। ਹੁਣ ਇਹ ਸਾਨੂੰ ਕਹਿ ਦਿੰਦੇ ਵੀ ਯਾਰ ਤੁਸੀਂ ਮੰਨ ਲਓ, ਅੱਜ ਅਸੀਂ ਕਹਿੰਦੇ ਹਾਂ ਵੀ ਅਸੀਂ ਗੁਲਾਮ ਹਾਂ, ਵਾਕਈ ਅਸੀਂ ਗੁਲਾਮ ਹਾਂ। ਜਦੋਂ ਸਾਡੇ ਕੋਲ ਆਪਦੇ ਫੈਸਲੇ ਲੈਣ ਦਾ ਹੱਕ ਨਹੀਂ ਹੈ ਨਾ, ਅਸੀਂ ਗੁਲਾਮ ਹਾਂ। ਅਸੀਂ ਫੈਸਲੇ ਲੈਣ ਦੇ ਹੱਕ ਹੀ ਮੰਗਦੇ ਹਾਂ ਨਾ ਉਹਨਾਂ ਤੋਂ ਵੀ ਕਿਸਾਨੀ ਜੀ ਦੇ ਦਿਓ, ਸਾਡੀਆਂ ਫਸਲਾਂ ਦੇ ਭਾਅ ਦਾ ਅਸੀਂ ਆਪ ਤੈਅ ਕਰੀਏ। ਸਾਡੀਆਂ ਫਸਲਾਂ ਬੀਜਣੀਆਂ ਕਿਹੜੀਆਂ, ਵੇਚਣੀਆਂ ਕਿੱਥੇ ਆ, ਮੰਡੀ ਕੀ ਹੋਣਾ, ਮੰਡੀਕਰਨ ਕਿਵੇਂ ਹੋਣਾ ਚਾਹੀਦਾ, ਆਪ ਤੈਅ ਕਰੀਏ। ਔਰ ਜੇ ਕਹੀਏ ਉਦੋਂ ਤੱਕ ਸਾਨੂੰ ਹੱਲ ਮਿਲ ਜੂ, ਜਦੋਂ ਤੱਕ ਪੰਜਾਬ ਕੋਲੇ ਪੰਜਾਬ ਪੱਖੀ, ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਨਹੀਂ ਹੈ, ਸਾਨੂੰ ਇਸ ਮਸਲੇ ਦਾ ਹੱਲ ਨਹੀਂ ਮਿਲਦਾ। ਇਹ ਕਿਸਾਨ ਜਥੇਬੰਦੀਆਂ ਨੇ ਤਾਂ ਉੱਥੇ ਕਹਿ ਕੇ ਇਕਨੋਮਿਕ ਬਲੋਕੇਟ ਆ ਨਾ, ਉਹ ਜਿਹੜਾ ਬੰਦਾ ਇਕਨੋਮਿਕ ਬਲੋਕੇਟ ਸਮਝਦਾ ਤੇ ਸੱਭਿਆਚਾਰ ਦੀ ਉਹਨੂੰ ਸਮਝ ਨਹੀਂ ਆ। ਕਿਉਂ ਨਹੀਂ ਆ? ਕਿਉਂਕਿ ਉੱਥੇ ਇੱਕ ਕਿਸਾਨ ਆ ਕੋਲ ਸਵਾਲ ਪੁੱਛਿਆ, ਸਰਦਾਰ ਸਾਹਿਬ ਫਿਰ ਕੀ ਗੱਲਬਾਤ ਹੋਈ? ਕਹਿੰਦੇ ਸਰਦਾਰ ਸਾਹਿਬ ਨਾ ਕਹੋ ਕਿਸਾਨ। ਜਨਤਾ ਦੇ ਸਵਾਲਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕਰਾਂਗੇ ਕੋਸ਼ਿਸ਼, ਪੰਜਾਬ ਦੇ ਹਰ ਕਸਬੇ ਦੀ ਕਰਾਂਗੇ ਤੁਹਾਡੇ ਨਾਲ ਗੱਲਬਾਤ, ਪੰਜਾਬ ਦੀ ਸਿਆਸਤ ਨਾਲ ਜੁੜੀ ਕਰਾਂਗੇ ਹਰ ਇੱਕ ਗੱਲਬਾਤ, ਪੰਜਾਬ ਪੰਜਾਬੀਅਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰੱਖਣ ਲਈ ਕਰਾਂਗੇ ਤੁਹਾਡੇ ਨਾਲ। ਪੰਜਾਬ ਪੰਜਾਬੀਅਤ ਤੇ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਚੈਨਲ ਦਾ ਛੋਟਾ ਜਿਹਾ ਉਪਰਾਲਾ ਹੈ।